130 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ ਟੈਕਸ ਦੇਣ ਵਾਲੇ तकरीबन 4.5 ਕਰੋੜ ਨੇ ਇਸ ਵਿੱਚੋਂ ਵੀ 1.5 ਕਰੋੜ ਉਹ ਟੈਕਸਦਾਤਾ ਨੇ ਜਿਹੜੇ ਸਿਰਫ ਨਾਂ ਦਾ ਹੀ ਟੈਕਸ ਦਿੰਦੇ ਨੇ ਜਿਨ੍ਹਾਂ ਦਾ ਯੋਗਦਾਨ ਬਹੁਤ ਥੋੜਾ ਹੈ ਜੇ ਸੇ ਕਿਸਾਨ ਦੀ ਆਮਦਨ ਸਾਲਾਨਾ 10 ਲੱਖ ਤੋਂ ਉੱਪਰ ਹੈ ਉਸ ਦੇ ਭਾਵ ਕਿ ਜਿਹੜਾ ਹੁਣ ਖੇਤੀ ਦੇ ਵਿੱਚ ਜੇ ਫਾਰਮ ਵੱਡਾ ਹੈ ਜੇ ਫਾਰਮ ਜਾਂ ਹੋਰ ਕੋਈ ਖੇਤੀ ਤੋਂ ਆਮਦਨ ਜਿਹੜੀ ਹੈ ਉਹ 10 ਲੱਖ ਤੋਂ ਉੱਪਰ ਸਾਲਾਨਾ ਹੋਵੇਗੀ ਉਸ ਦੇ ਫਿਰ ਖਾਤਿਆਂ ਦੀ ਬਰੀਕੀ ਨਾਲ ਜਾਂਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰੇਗੀ ਗੱਲ ਕਰਦੇ ਆਂ ਅਨਦਾਤਿਆਂ ਦੀ ਕਿਸਾਨਾਂ ਦੀ ਗੱਲ ਕਰਦੇ ਆਂ ਇੱਕ ਮਹੀਨਾ ਹੱਲੇ ਹੋਇਆ ਨਹੀਂ ਨਵੀਂ ਸਰਕਾਰ ਬਣੀ ਨੂੰ ਪਰ ਰੌਲਾ ਰੱਪਾ ਪੈ ਰਿਹਾ ਕਿ ਜਿਹੜੇ ਵੱਡੇ ਕਿਸਾਨ ਨੇ ਜਿਹੜੇ ਥੋੜੇ ਜੇ ਅਮੀਰ ਕਿਸਾਨ ਨੇ ਉਹਨਾਂ ਤੇ ਟੈਕਸ ਲੱਗ ਸਕਦਾ ਤੇ ਕੁਲਦੀਪ ਜੀ ਕੁਝ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਸਪੋਰਟ ਵੀ ਕੀਤਾ ਹੈ ਕਿੰਨਾ ਕੁ ਸੱਚ ਹੈ ਇਸ ਕਹਾਣੀ ਦੇ ਪਿੱਛੇ ਦੇਖੋ ਗੱਲ ਇਹ ਆ ਜੀ ਕਿ ਕਿਹੜੀ ਖੇਤੀਬਾੜੀ ਹੈ ਇਹ ਟੈਕਸ ਤੋਂ ਐਗਜ਼ੈਂਪਟ ਹੈ ਭਾਵ ਇਸ ਤੇ ਖੇਤੀਬਾੜੀ ਦੀ ਆਮਦਨ ਦੇ ਉੱਪਰ ਟੈਕਸ ਨਹੀਂ ਲਾਇਆ ਜਾ ਸਕਦਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਤਾਬ ਬਚਨ ਜਿਹੜੇ ਨੇ ਸਾਡੇ ਜਿਨ੍ਹਾਂ ਨੂੰ ਕਈ মিডিਆ ਸੰਸਥਾਨਾਂ ਵੱਲੋਂ ਸਦੀ ਦੇ ਮਹਾਨਾਇਕ ਦਾ ਦਰਜਾ ਵੀ ਦੇ ਦਿੱਤਾ ਜਾਂਦਾ ਜੀ ਚਲੋ ਵੱਖਰਾ ਵਿਸ਼ਾ ਪਰ ਅਮਤਾਬ ਬਚਨ ਨੇ ਵੀ ਇੱਕ ਵਾਰੀ ਇੱਕ ਐਫੀਡੇਵਿਟ ਦਾਖਲ ਕੀਤਾ ਸੀ ਤੇ ਕਿਤੇ ਆਖ ਦਿੱਤਾ ਸੀ ਕਿ ਮੈਂ ਵੀ ਕਿਸਾਨ ਹਾਂ ਤੇ ਮੇਰੀ ਵੀ ਯੂਪੀ ਦੇ ਇੱਕ ਫਲਾਨੇ ਹਿੱਸੇ ਦੇ ਵਿੱਚ ਇੰਨੀ ਜ਼ਮੀਨ ਹੈ ਕੀ ਜ਼ਮੀਨ ਦਾ ਇੱਕ ਟੁਕੜਾ ਖਰੀਦਣ ਨਾਲ ਤੁਸੀਂ ਕਿਸਾਨ ਬਣ ਜਾਂਦੇ ਹੋ ਹੁਣ ਗੱਲ ਅਸੀਂ ਹੁਣ ਦੀ ਕਰਦੇ ਹਾਂ ਕਿ ਹੁਣ ਕੀ ਹੋ ਰਿਹਾ ਇਹ ਮੰਨਿਆ ਜਾਂਦਾ ਹੈ ਕਿ 130 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ ਟੈਕਸ ਦੇਣ ਵਾਲੇ ਤਕਰੀਬਨ 4.5 ਕਰੋੜ ਨੇ ਇਸ ਵਿੱਚੋਂ ਵੀ 1.5 ਕਰੋੜ ਉਹ ਟੈਕਸ ਦਾਤਾ ਨੇ ਜਿਹੜੇ ਸਿਰਫ ਨਾਂ ਦਾ ਟੈਕਸ ਦਿੰਦੇ ਨੇ ਜਿਨ੍ਹਾਂ ਦਾ ਯੋਗਦਾਨ ਬਹੁਤ ਥੋੜਾ ਹੈ ਹੁਣ ਇਹਨਾਂ ਵਿੱਚੋਂ ਅਮਲੀ ਤੌਰ ਤੇ 30% ਨੇ ਜਿਹੜੇ ਜ਼ਿਆਦਾ ਟੈਕਸ ਦਿੰਦੇ ਨੇ ਤੇ ਸਰਕਾਰਾਂ ਟੈਕਸ ਨਾਲ ਚਲਦੀਆਂ ਨੇ ਮੈਂ ਇਥੇ ਇਹ ਨਹੀਂ ਕਹਿ ਰਿਹਾ ਕਿ ਲਾ ਦਿੱਤਾ ਜਾਵੇ ਥੋੜਾ ਜਿਹਾ ਅੰਕੜਿਆਂ ਦੀ ਗੱਲ ਕਰ ਰਹੇ ਹਾਂ ਜੀ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਟੈਕਸ ਦੀ ਬ੍ਰੈਕਟ ਦੇ ਵਿੱਚ ਲਿਆਂਦਾ ਜਾਵੇ ਇਸ ਕੰਮ ਵਾਸਤੇ ਇੱਕ ਪਬਲਿਕ ਅਕਾਊਂਟਸ ਕਮੇਟੀ ਜਿਹੜੀ ਹੈ ਸਰਕਾਰ ਨੇ ਕਾਇਮ ਕੀਤੀ ਹੈ ਸਰਕਾਰ ਨਾਲ ਫਿਰ ਉਸ ਦਾ ਵਾਰਤਾਲਾਪ ਚੱਲਿਆ ਤੇ ਸਰਕਾਰ ਨੇ ਉਹਨਾਂ ਨੂੰ ਕੋਈ ਸਿਫਾਰਸ਼ਾਂ ਦਿੱਤੀਆਂ ਨੇ ਤੇ ਕੁਝ ਅੰਕੜੇ ਦਿੱਤੇ ਨੇ ਕਿ ਭਾਈ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਆਂ ਕਹਿਣਾ ਸਰਕਾਰ ਦਾ ਇਹ ਹੈ ਕਿ ਖੇਤੀਬਾੜੀ ਦੀ ਆੜ-ਹੇਠ ਸਬਸਿਡੀਆਂ ਹੋਰ ਕਈ ਜਗ੍ਹਾ ਤੇ ਕੋਈ ਇਹ ਜਿਹੀਆਂ ਫੈਸਿਲਿਟੀਆਂ ਮਿਲਦੀਆਂ ਨੇ ਟੈਕਸ ਤੋਂ ਐਗਜ਼ੈਂਪਸ਼ਨ ਹੈ ਹੋਰ ਕਈ ਖਰਚੇ ਜਿਹੜੇ ਨੇ ਉਹ ਕਿਤੇ ਲੋਕਾਂ ਨੇ ਵਪਾਰੀਆਂ ਨੇ ਜਾਂ ਵੱਡੇ ਧਨਾੜਾਂ ਨੇ ਜਾਂ ਸਿਆਸਤਦਾਨਾਂ ਨੇ ਕਿਤੇ ਹੋਰ ਹੁੰਦੇ ਨੇ ਪਰ ਉਹਨਾਂ ਨੂੰ ਖੇਤੀ ਦਾ ਨਾਮ ਲੈ ਕੇ ਲੁਕੋ ਲਿਆ ਜਾਂਦਾ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਹੁਣ ਅਸੀਂ ਜਿਸ ਕਿਸਾਨ ਦੀ ਆਮਦਨ ਸਾਲਾਨਾ 10 ਲੱਖ ਤੋਂ ਉੱਪਰ ਹੈ ਉਸ ਦੇ ਭਾਵ ਕਿ ਜਿਹੜਾ ਹੁਣ ਖੇਤੀ ਦੇ ਵਿੱਚ ਜੇ ਫਾਰਮ ਬਣਦਾ ਹੈ ਜੇ ਫਾਰਮ ਜਾਂ ਹੋਰ ਕੋਈ ਖੇਤੀ ਤੋਂ ਆਮਦਨ ਜਿਹੜੀ ਹੈ ਉਹ 10 ਲੱਖ ਤੋਂ ਉੱਪਰ ਸਾਲਾਨਾ ਹੋਵੇਗੀ ਉਸ ਦੇ ਫਿਰ ਖਾਤਿਆਂ ਦੀ ਬਰੀਕੀ ਨਾਲ ਜਾਂਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰੇਗੀ ਅਜੇ ਬਿਲਕੁਲ ਮੂਲ ਰੂਪ ਦੇ ਵਿੱਚ ਹੈ ਇਸ ਨੂੰ ਕਾਨੂੰਨ ਬਣਾਉਣ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਰ ਸਰਕਾਰਾਂ ਜਦੋਂ ਕੋਈ ਕੰਮ ਕਰਨ ਲੱਗ ਪੈਂਡ ਤੇ ਫਿਰ ਕਮੇਟੀਆਂ ਬਿਠਾ ਦਿੱਤੀਆਂ ਜਾਣ ਫਿਰ ਉਸ ਨੂੰ ਕਾਨੂੰਨ ਬਣਦਿਆਂ ਵੀ ਸਮਾਂ ਨਹੀਂ ਲੱਗਦਾ ਭਾਈ ਮੈਜੋਰਟੀ ਹੈ ਉਹਨਾਂ ਕੋਲ ਕਿ ਤਿੰਨ ਖੇਤੀ ਕਾਨੂੰਨ ਮਿੰਟਾਂ ਸਕੈਟਾਂ ਵਿੱਚ ਪਾਸ ਕਰ ਦਿੱਤੇ ਗਏ ਸੀ ਕਿਦਰ ਸਰਕਾਰ ਬਣੋ ਤੇ ਜੇ ਇਸ ਤਜਵੀਜ਼ ਦੇ ਉੱਪਰ ਕੇਂਦਰ ਸਰਕਾਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਇਹ ਇੱਕ ਵੱਡੇ ਕਿਸਾਨਾਂ ਵਾਸਤੇ ਇਹ ਝਟਕਾ ਜ਼ਰੂਰ ਹੋਵੇਗਾ 10 ਲੱਖ ਆਮਦਨ ਹੈ ਫਿਰ ਕਿਸਾਨਾਂ ਨੂੰ ਵੀ ਟੈਕਸ ਭਰਨਾ ਪਵੇਗਾ ਅਕਾਊਂਟੈਂਟ ਰੱਖਣੇ ਪੈਣਗੇ ਜਿਸ ਕਿਸਾਨ ਦੀ 10 ਲੱਖ ਤੋਂ ਉੱਪਰ ਦੀ ਆਮਦਨ ਹੋਵੇਗੀ ਉਹ ਫਿਰ ਦੱਸੇਗਾ ਕਿ ਹਾਂ ਮੇਰੇ ਮੈਂ 10 ਲੱਖ ਦੀ ਜਾਂ 15 ਦੀ ਜਾਂ 20 ਦੀ ਜਾਂ ਕਰੋੜ ਦੀ ਵੀ ਮੈਂ ਫਸਲ ਵੇਚੀ ਹੈ ਪਰ ਉਸ ਫਸਲ ਦੇ ਵਿੱਚੋਂ ਮੇਰੇ ਫਲਾਣੇ ਫਲਾਣੀ ਜਗ੍ਹਾ ਤੇ ਖਰਚੇ ਹੋਏ ਨੇ ਔਰ ਉਸ ਲੇਬਰ ਨੂੰ ਕਿੰਨਾ ਦਿੱਤਾ ਹੈ ਫਰਟੀਲਾਈਜ਼ਰ ਕਿੰਨੇ ਦੇ ਆਏ ਨੇ ਡੀਜ਼ਲ ਕਿੰਨਾ ਲੱਗਿਆ ਉਹ ਸਾਰਾ ਹਿਸਾਬ ਕਿਤਾਬ ਦੇਣਾ ਪੈਗਾ ਫਿਰ ਜਿਹੜੀ ਨੈਟ ਆਮਦਨੀ ਹੋਏਗੀ ਉਸ ਦੇ ਉੱਪਰ ਟੈਕਸ ਦੇਣਾ ਪੈ ਸਕਦਾ ਹੁਣ ਇਹ ਅਜੇ ਕਲੀਅਰ ਹੋਣਾ ਕਿ ਕਿ ਗ੍ਰੋਸ ਦੇ ਉੱਪਰ ਜੋ 10 ਲੱਖ ਗ੍ਰੋਸ ਦੇ ਉੱਪਰ ਟੈਕਸ ਦੇ ਵਿੱਚ ਬ੍ਰੈਕਟ ਚ ਲਿਆਂਦਾ ਜਾਵੇਗਾ ਜਾਂ ਇਨਕਮ ਜਿਹੜੀ ਇਹਨਾਂ ਦੀ ਉਹ ਫਿਰ ਜਿਹੜਾ ਉਸ ਨੂੰ ਜਿਹੜਾ ਉਹ ਮੱਦੇ ਨਜ਼ਰ ਰੱਖ ਕੇ ਇੱਕ ਬ੍ਰੈਕਟ ਕਾਇਮ ਕੀਤੀ ਜਾਵੇਗੀ ਇਹ ਗੱਲਾਂ ਅਜੇ ਕਲੀਅਰ ਨਹੀਂ ਪਰ ਸਰਕਾਰ ਇਸ ਦਿਸ਼ਾ ਵੱਲ ਨੂੰ ਸੋਚ ਰਹੀ ਹੈ ਹੁਣ ਫਿਰ ਇਸ ਦੇ ਅਗਲੀ ਬੈਸ ਛਿੜ ਜਾਂਦੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਭਾਵੇਂ ਕਿਸਾਨੀ ਦਵਾ ਹੇਠ ਰਹੀ ਹੈ ਕਿਸਾਨ ਅੰਦੋਲਨ ਨੇ ਵੀ ਤੇ ਇਸ ਤੋਂ ਪਹਿਲਾਂ ਵੀ ਕੇਂਦਰੀ ਕੌਮੀ ਅਨਾਜ ਭੰਡਾਰ ਦੇ ਵਿੱਚ ਵੀ ਚਾਹੇ ਉਹ ਚੌਲ ਹੋਵੇ ਚਾਹੇ ਕਣਕ ਹੋਵੇ ਚਾਹੇ ਖੰਡ ਹੋਵੇ ਪੰਜਾਬ ਨੇ ਵੇਤ ਨਾਲੋਂ ਵੱਧ ਜੜਾ ਹੈ ਉਹ ਉਸ ਵਿੱਚ ਯੋਗਦਾਨ ਪਾਇਆ ਬ੍ਰੈਡ ਬਾਸਕਟ ਜਿਹੜਾ ਹੈ ਪੰਜਾਬ ਨੂੰ ਆਖਿਆ ਜਾਂਦਾ ਸੀ ਇਹ ਇੰਡੀਆ ਦੀ ਜਦੋਂ ਪੂਰੇ ਭਾਰਤ ਦੇ ਵਿੱਚੋਂ ਦੇਸ਼ ਵਾਸੀਆਂ ਵਾਸਤੇ ਅਨਾਜ ਵੀ ਪੂਰਾ ਨਹੀਂ ਸੀ ਹੁੰਦਾ ਤਾਂ ਪੰਜਾਬ ਨੇ ਹੀ ਉਸ ਖਜ਼ਾਨੇ ਨੂੰ ਭਰਿਆ ਅੱਜ ਹੋਰ ਵੀ ਸੂਬੇ ਪੈਦਾ ਕਰ ਰਹੇ ਨੇ ਕਿਤੇ ਫਰੂਟ ਪੈਦਾ ਹੋ ਰਿਹਾ ਕਿਤੇ ਸਬਜ਼ੀਆਂ ਹੋ ਰਹੀਆਂ ਨੇ ਕਿਤੇ ਹੋਰ ਕੁਝ ਹੋ ਰਿਹਾ ਪਰ ਅੱਜ ਵੀ ਜਦੋਂ ਅਫਗਾਨਿਸਤਾਨ ਨੂੰ ਬਹੁਤ ਸਾਰੀ ਕਣਕ ਭੇਜੀ ਜਾ ਚੁੱਕੀ ਹੈ శ్రీਲੰਕਾ ਨੂੰ ਭੇਜੀ ਜਾ ਚੁੱਕੀ ਹੈ ਕਣਕ ਤੇ ਚੌਲ ਔਰ ਮਦਦ ਕੀਤੀ ਜਾ ਰਹੀ ਹੈ ਦੂਸਰੇ ਦੇਸ਼ਾਂ ਦੀ ਤੇ ਵਾਵਾ ਖੱਟੀ ਜਾ ਰਹੀ ਹੈ ਕੱਲ ਨੂੰ ਉੱਥੇ ਬੰਦਰਗਾਹਾਂ ਡਵੈਲਪ ਕਰਨੀਆਂ ਨੇ ਕਿਸੇ ਤੋਂ ਕਿਸੇ ਕਿਸਮ ਦੇ ਖਣੇ ਚ ਲੈਣੇ ਨੇ ਕਿਸੇ ਕੋਲੋਂ ਡਰਾਈ ਫਰੂਟਸ ਲੈਣੇ ਨੇ ਕਣਕ ਦੇ ਹਿੱਤੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਚੰਗੀ ਇੱਕ ਖੇਤੀ ਦੀ ਉਪਜ ਦੀ ਬਦੌਲਤ ਹੋ ਰਿਹਾ ਜਿਸ ਵਿੱਚ ਪੰਜਾਬ ਦੇ ਯੋਗਤਾ ਨੂੰ ਘਟ ਕਰਕੇ ਨਹੀਂ ਮਿੱਥਿਆ ਜਾ ਰਿਹਾ ਪਰ ਕੁਝ ਅਰਥਸ਼ਾਸਤਰੀ ਜਿਹੜੇ ਨੇ ਉਸ ਮਾਮਲੇ ਦੇ ਵਿੱਚ ਸਰਕਾਰ ਨੂੰ ਕੋਈ ਸਲਾਹ ਜਿਹੜੀ ਦੇ ਰਹੇ ਨੇ ਉਸ ਤੇ ਗੌਰ ਕਰਨਾ ਸਾਡਾ ਬਣਦਾ ਤੇ ਗੌਰ ਕਰਨੀ ਸਾਨੂੰ ਪੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਰਥ ਸ਼ਾਸਤਰੀ ਇਹ ਕਹਿੰਦੇ ਨੇ ਕਿ ਕਿਸਾਨ ਜਿਹੜੇ ਬਹੁਤੇ ਕਿਸਾਨ ਨੇ ਵੱਡੀ ਗਿਣਤੀ ਜਿਹੜੇ ਨੇ 80 90% ਕਿਸਾਨ ਨੇ ਉਹ ਸੀਮਾਂਤ ਕਿਸਾਨ ਜਿਨ੍ਹਾਂ ਨੂੰ ਕਿ ਸਮਾਲ ਫਾਰਮਰ ਜਿਹੜਾ ਹੈ ਕੰਡੇ ਤੇ ਰਹਿਣ ਵਾਲੇ ਬਹੁਤ ਗਰੀਬ ਕਿਸਾਨ ਨੇ ਤੇ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਨੂੰ ਟੈਕਸ ਬ੍ਰੈਕਟ ਵਿੱਚ ਲੈ ਵੀ ਜਾਂਦਾ ਜਾਵੇ ਕਿਉਂਕਿ ਉਹਨਾਂ ਦੀ ਆਮਦਨ ਬਹੁਤ ਹੁੰਦੀ ਹੈ ਤੇ ਉਹ ਫਿਰ ਉਹ ਕੋਈ ਵੱਡੀ ਮਾੜੀ ਗੱਲ ਨਹੀਂ ਹੋਵੇਗੀ ਸਰਕਾਰ ਹਲੇ ਤੱਕ ਇਹ ਕਹਿ ਰਹੀ ਹੈ ਕਿ ਅਸੀਂ ਇਸ ਦੇ ਵਿੱਚ ਜੋ ਕਾਰਪੋਰੇਟ ادارے ਨੇ ਜਾਂ ਵੱਡੇ ਤਨਾਟ ਲੋਕ ਨੇ ਜੋ ਖੇਤੀ ਦੀ ਆੜ ਦੇ ਵਿੱਚ ਟੈਕਸ ਚੋਰੀ ਕਰਦੇ ਨੇ ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹੁੰਦੇ ਹਾਂ ਹਲੇ ਸਾਡਾ ਕੋਈ ਇਸ ਤਰ੍ਹਾਂ ਦੀ ਤਜਵੀਜ਼ ਨਹੀਂ ਹੈ ਖੇਤੀ ਜ਼ਮੀਨ ਵੇਚਣ ਤੋਂ ਖੇਤੀ ਜ਼ਮੀਨ ਲੀਜ਼ ਤੇ ਦੇਣ ਤੋਂ ਹੋਈ ਆਮਦਨ ਨੂੰ ਟੈਕਸ ਲਾਉਣ ਬਾਰੇ ਅਜੇ ਤੱਕ ਸਾਡੇ ਕਾਨੂੰਨ ਦੇ ਵਿੱਚ ਸਾਡੇ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਸਿਸਟਮ ਨਹੀਂ ਹੈ ਜੇ ਉਹਨਾਂ ਵਾਲੇ ਦਿਨਾਂ ਵਿੱਚ ਇਹ ਬਣਦਾ ਤੇ ਵੱਡਾ ਫਰਕ ਜਿਹੜਾ ਪੈਗਾ ਤੇ ਮੈਂ ਜੇ ਗਲਤ ਨਹੀਂ ਤਾਂ ਪੰਜਾਬ ਦੀ ਵਿੱਚ ਜਿਹੜੀ ਗੱਲ ਕਰ ਰਿਹਾ ਸੀ ਪੰਜਾਬ ਵਾਲੇ ਹੁਣ ਇਹ ਸ਼ਾਇਦ ਕੁਝ ਇਹ ਵਿਅਕਤੀ ਕਹਿਣਗੇ ਕਿ ਇਹ ਪੰਜਾਬ ਦੇ ਜਿਹੜੇ ਉਦਮੀ ਕਿਸਾਨ ਨੇ ਜਿਨ੍ਹਾਂ ਨੇ ਟਿੱਬੇ ਕਰਾ ਕੇ ਜਾਂ ਰਾਤਾਂ ਜਾ ਕੇ ਜਾਂ ਸਪਨੀਆਂ ਸਿਰਿਆਂ ਮਿੱਧ ਕੇ ਜਿਵੇਂ ਕਹਿੰਦੇ ਨੇ ਕਿ ਮਿਹਨਤਾਂ ਕਰਕੇ ਕੁਝ ਜਾਇਦਾਦਾਂ ਕੋਠੀਆਂ ਕਰਾਂ ਜਿਵੇਂ ਕਿ ਅੰਦੋਲਨ ਦੇ ਦੌਰਾਨ ਗੱਲਾਂ ਚੱਲੀਆਂ ਸੀ ਕਿ ਤਾਂ ਵੱਡੀਆਂ-ਵੱਡੀਆਂ ਕਾਰਾਂ ਵਿੱਚ ਆਉਣ ਵਾਲੇ ਲੋਕ ਨੇ 에어 ਕੰਡੀਸ਼ਨਰਾਂ 'ਚ ਰਹਿਣ ਵਾਲੇ ਲੋਕ ਨੇ ਕਿਸਾਨ ਕਿੱਥੇ ਦੇ ਨੇ ਕਿਸਾਨ ਦੀ ਡੈਫੀਨੇਸ਼ਨ ਨੂੰ ਫਰਕ ਪਾਇਆ ਕਿਸਾਨ ਦੀ ਪਰਿਭਾਸ਼ਾ ਬਦਲੀ ਹੈ ਪੰਜਾਬ ਦੇ ਲੋਕਾਂ ਨੇ ਹਰਿਆਣੇ ਵਾਲੇ ਵੀ ਨਾਲ ਨੇ ਹੋਰ ਵੀ ਕਈ ਜਗ੍ਹਾ ਤੇ ਹੋਣਗੇ ਪਰ ਪੰਜਾਬ ਨੂੰ ਕਿਤੇ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ ਇਹ ਗੱਲ ਉੱਠੇਗੀ ਜਰੂਰ ਅਜੇ ਇਸ ਬਾਰੇ ਬਹੁਤਾ ਕੁਝ ਨਹੀਂ ਕਹਿ ਸਕਦੇ ਪਰ ਸਰਕਾਰ ਤਜਵੀਜ਼ ਬਣਾਈ ਬੈਠੀ ਹੈ ਕਿ ਕਿਸਾਨਾਂ ਤੇ ਵੱਡੇ ਕਿਸਾਨਾਂ ਤੇ ਟੈਕਸ ਲਾ ਦਿੱਤਾ ਜਾਵੇ